ਪਾਪਾ ਜਿਹੜੀ ਤੂੰ ਹੀਰ ਗਾ ਰਿਹਾ ਸੀ ਤੈਨੂੰ ਉਸ ਹੀਰ ਦਾ ਵਾਸਤਾ ਹੀ ਮੇਰਾ ਵਿਆਹ ਕਰਾ ਦੇ ਭਰਾ ਤੈਨੂੰ ਤੇ ਪਤਾ ਹੀ ਹੈ ਨਾ ਵਿਕੂ ਨੂੰ ਨਰਾਤਾ ਹੈਗਾ ਉਹਨੂੰ ਸ਼ਾਮ ਨੂੰ ਕੁਝ ਨਜ਼ਰ ਨਹੀਂ ਆਉਂਦਾ ਨਾਲੇ ਬਿਜਲੀ ਕਿਹੜੇ ਕੰਮ ਆਊ ਦੋ ਬਲਬ ਵੱਧ ਲਾ ਲਾਂਗੇ ताई हाथ च बड़िया बोतला शोतला ते समान फड़े लगता है आज फिर निकू नू कोई परोने देखन आ रहे ने कानू पता लगे ना लगे पर तैनू पहले पता लग जांदा है कि साडे घर परोने आ रहे ने काका जी आजकल तुहाडा की शुगल है शुगल ते मेरा जी सारा पिंड लांदा है ओ कट्टा खुल गया की मतलब इना नू पता लग गया लो कट्टा ते हुन खुले है पावा पंगड़ा देवा गेड़ा पुट्टा वेड़ा हाय सामने मेरे आज आवे केड़ा ओ मैं हो जट पंजाबी रखदा हां ठाठ नवाबी करी अखियां दे डोरे गुलाबी कर छड्या जट शराबी ओ तू मेरी पंजाबण सोनी है मैं तेरा पंजाब ਤੈਨੂੰ ਪਤਾ ਨਹੀਂ ਅੱਜ ਕਬੱਡੀ ਦਾ ਮੈਚ ਆ ਹਰ ਮੈਚ ਤੇ ਤੈਨੂੰ ਲੈਣ ਆਉਣਾ ਪੈਂਦਾ ਐਡਾ ਤੂੰ ਛਾਤਾ ਰੈਂਚ ਓਏ ਛਾਤਾ ਰੈਂਚ ਨਾ ਸਹੀ ਓਏ ਧੀਮਾ ਰੈਂਚ ਕਹਿੰਦੇ ਨੇ ਲੋਕੀ ਮੈਨੂੰ ਓਏ 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 ਅਬੇ ਬੇ ਮੈਂ ਮਰ ਗਿਆ ਅਬੇ ਬੇ ਮੈਂ ਮਰ ਗਿਆ ਅਬੇ ਬੇ ਮੈਂ ਮਰ ਗਿਆ ਮੇਰਾ ਮਾਮਾ ਪਾਕਿਸਤਾਨ ਕਬੱਡੀ ਟੀਮ 'ਚ ਸਿਲੈਕਟ ਹੋ ਗਿਆ ਸੀਗਾ ਅਤੇ ਕਬੱਡੀ ਵਰਲਡ ਕੱਪ ਖੇਡਣ ਇੰਡੀਆ ਪੰਜਾਬ ਜਾਣਾ ਸੀ ਉਹਦੇ ਖਾਬ ਅਤੇ ਉਹਦਾ ਕੈਰੀਅਰ ਪਿੰਡ ਦੀ ਸਿਆਸਤ ਦੀ ਭੇਂਟ ਚੜ੍ਹ ਗਈ ਅਤੇ ਤੂੰ ਕਰਨਾ ਆਪਣੇ ਮਾਮੇ ਦੇ ਖਾਬ ਪੂਰੇ ਪਰ ਤੇਰੀ ਜੁਰਤ ਕਿਵੇਂ ਹੋਈ ਸਾਡੀ ਗੈਰਤ ਨੂੰ ਲਲਕਾਰਨ ਦੀ ਫਟੀ ਆਪਣੀ ਦਿਲ ਦੇ ਪਰਲਾਂ ਕਿਵੇਂ ਆਪਣੇ ਦੇ ਪੱਥਰ ਦਰ ਨਸੀਬਾ ਪਾਇਆ ਮਿਲ ਨਾ ਸਕਿਆ ਅੱਜ ਤੱਕ ਜੋ ਮੈਂ ਚਾਹਿਆ ਮੈਂ ਅੱਜ ਦੀ ਸੋਹਣੀਆਂ ਬਿਨ ਘੜੇ ਜਨਾਬ ਤਰ ਜਾਵਾਂਗੀ ਭਾਈ ਮੇਰੇ ਕਬੱਡੀ ਪਾਵਰ ਦੀ ਗੇਮ ਹੈ ਤੁਹਾਡੇ ਦੌੜਿਆਂ 'ਚ ਇੰਨੀ ਤਾਕਤ ਹੋਣੀ ਚਾਹੀਦੀ ਹੈ ਤੁਸੀਂ ਕਿਸੇ ਨੂੰ ਧੱਕਾ ਮਾਰੋ ਆਪਣੇ ਪੈਰਾਂ ਦੇ ਨਾਲ ਖਲੋ ਸਕੇ ਤੁਹਾਡੇ ਪੱਟਾਂ 'ਚ ਇੰਨੀ ਜਾਨ ਹੋਣੀ ਚਾਹੀਦੀ ਹੈ ਅਗਲਾ ਧੱਕਾ ਮਾਰੇ ਤੁਹਾਨੂੰ ਹਿਲਾ ਨਾ ਸਕੇ ਨਜ਼ੀਰ ਚੇਅਰਮੈਨ ਆਖ ਰਿਹਾ ਸੀ ਕਿ ਅਸੀਂ ਫਰਿਆਦੇ ਪਹਿਲਵਾਨ ਤੇ ਉਹਦੇ ਭਾਂਜੇ ਦੇ ਨਾਲ ਨਾਲ ਆਪਣੀ ਕੁੜੀ ਵੀ ਮਾਰ ਦੇਣੀ ਆ ਕੋਈ ਗੱਲ ਨਹੀਂ ਕੱਲ ਕਬੱਡੀ ਮੈਦਾਨ ਵਿੱਚ ਤੇ ਮੈਦਾਨੋਂ ਬਾਹਰ ਅਸੀਂ ਉਹਦੀਆਂ ਸਾਰੀਆਂ ਭਾਜੀਆਂ ਮੋੜ ਦਿਆਂਗੇ